ਅਚਾਲ ਦੀ ਤਰ੍ਹਾਂ ਇਸ ਸਾਲ ਵੀ ਪਾਤਰਾ ਵਿੱਚ ਵੱਖ-ਵੱਖ ਆਗੂਆਂ ਦੇ ਵੱਲੋਂ ਦੁਸ਼ਹਿਰੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਹਿੰਦੂ ਨੇਤਾ ਰਮੇਸ਼ ਕੁਮਾਰ ਕੁੱਕੂ ਅਤੇ ਯੂਥ ਅਗਰਵਾਲ ਸਭਾ ਦੀ ਪ੍ਰਧਾਨ ਸੋਨੀ ਜਰੂਰ ਦੀ ਅਗਵਾਈ ਵਿੱਚ ਦੁਸ਼ਹਿਰਾ ਉਤਸਵ ਕਮੇਟੀ ਦੇ ਵੱਲੋਂ ਨੇਕੀ ਤੇ ਬਦੀ ਦਾ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਉਤਸਵ ਖਾਟੂ ਸ਼੍ਰੀ ਮੰਦਰ ਪਾਤਰਾ ਦੇ ਗਰਾਊਂਡ ਵਿਖੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਤਸਵ ਕਮੇਟੀ ਦੇ ਆਗੂ ਸਚਿਨ ਆਜ਼ਾਦ ਨੇ ਦੱਸਿਆ ਕਿ ਇਸ ਸਾਲ ਹਿੰਦੂ ਨੇਤਾ ਰਮੇਸ਼ ਕੁਮਾਰ ਕੁੱਕੂ ਦੀ ਅਗਵਾਈ ਵਿੱਚ ਮਨਾਏ ਜਾ ਰਹੇ ਦੁਸ਼ਹਿਰਾ ਉਤਸਵ ਮੌਕੇ ਤੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਅਗਨੀ ਦਹਨ ਕੀਤੇ ਜਾਣਗੇ। ਇਸ ਮੌਕੇ ਤੇ ਪੰਜਾਬੀ ਕਲਾਕਾਰ ਵਿੱਕੀ ਧਾਲੀਵਾਲ ਦੇ ਨਾਲ ਰੂਬਰੂ ਕਰਵਾਉਣ ਦੀ ਵਿਸ਼ੇਸ਼ ਤੌਰ ਤੇ ਦੁਸ਼ਹਿਰੇ ਦੇ ਸ਼ੁਭ ਅਵਸਰ ਤੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ। ਮੈਂ ਤੁਹਾਡਾ ਆਪਣਾ ਭਰਾ ਸਚਿਨ ਆਜ਼ਾਦ ਗੋਇਲ, ਰਾਸ਼ਟਰੀ ਪ੍ਰਮੁੱਖ ਆਲ ਇੰਡੀਆ ਹਿੰਦੂ ਯੁਵਾ ਸ਼ਿਵ ਸੈਨਾ ਅਤੇ ਦੁਸ਼ਹਿਰਾ ਉਤਸਵ ਕਮੇਟੀ ਦੇ ਪ੍ਰਧਾਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ 19ਵਾਂ ਦੁਸ਼ਹਿਰਾ ਉਤਸਵ ਹਿੰਦੂ ਹਿਰਦੇ ਸਮਰਾਟ ਸ਼੍ਰੀ ਰਮੇਸ਼ ਕੁਮਾਰ ਕੁੱਕੂ ਦੀ ਯੋਗ ਅਗਵਾਈ ਦੇ ਵਿੱਚ ਪਾਤਨਾ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ 3 ਪੁਤਲੇ ਅਗਨ ਦਹਨ ਕੀਤੇ ਜਾਣਗੇ, ਜਿੱਦਾਂ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲੇ ਜੋ ਨੇ ਕ੍ਰਮਵਾਰ 81 ਫੁੱਟ, 71 ਫੁੱਟ ਅਤੇ 61 ਫੁੱਟ ਦੇ ਪੁਤਲੇ ਅਗਨ ਦਹਿਨ ਕੀਤੇ ਜਾਣਗੇ, ਜਿਸ ਦੇ ਵਿੱਚ ਮੁੱਖ ਮਹਿਮਾਨ ਸਾਡੇ ਕੇਵਲ ਜੀ ਸੰਗਮ ਫੂਡ 'ਤੇ ਹੋਣਗੇ। ਵਿਸ਼ੇਸ਼ ਤੌਰ 'ਤੇ ਸਾਡੇ ਵਿੱਚ MLA ਸਾਹਿਬ ਕੁਲਵੰਤ ਸਿੰਘ ਜੀ ਬਾਜੀਗਰ ਪਹੁੰਚਣਗੇ। ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਆਪਣੇ ਪਰਿਵਾਰ ਬੱਚਿਆਂ ਦੇ ਨਾਲ ਦੁਸ਼ਹਿਰਾ ਉਤਸਵ ਪਾਤਣਾ ਨਜ਼ਦੀਕ ਖਾਟੂ ਸ਼ਾਮ ਮੰਦਿਰ ਦੁਸ਼ਹਿਰਾ ਗਰਾਊਂਡ ਪਾਤਣਾ ਵਿਖੇ ਆਪਣੇ ਆਪਣੇ ਪਰਿਵਾਰ ਦੇ ਨਾਲ ਮਿਤੀ 24/10/23 ਨੂੰ ਦਿਨ ਮੰਗਲਵਾਰ ਨੂੰ ਸ਼ਾਮ 4:30 ਵਜੇ ਆਪਣੇ ਆਪਣੇ ਬੱਚਿਆਂ ਦੇ ਨਾਲ ਆਓ। ਜੋ ਦੁਸ਼ਹਿਰਾ ਉਤਸਵ ਹੈ ਉਹ ਮਰਿਆਦਾ ਦੇ ਅਨੁਸਾਰ ਹੀ ਮਨਾਇਆ ਜਾਂਦਾ ਹੈ। 19ਵਾਂ ਦੁਸ਼ਹਿਰਾ ਉਤਸਵ ਹੈ ਜਿਸ ਦੇ ਵਿੱਚ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲੇ ਅਗਨ ਦਹਿਨ ਕੀਤੇ ਜਾਣਗੇ, ਰੰਗੀਨ ਆਤਿਸ਼ਬਾਜ਼ੀ, ਸੁੰਦਰ ਅਤੇ ਮਨਮੋਹਕ ਝਾਕੀਆਂ, ਪ੍ਰਭੂ ਸ਼੍ਰੀ ਰਾਮ ਚੰਦਰ ਅਤੇ ਰਾਵਣ ਦੇ ਯੁੱਧ ਦੀਆਂ ਝਲਕੀਆਂ ਵੇਖਣਯੋਗ ਹੋਣਗੀਆਂ। ਕਲਾਕਾਰ ਵਿਸ਼ੇਸ਼ ਤੌਰ 'ਤੇ ਬਾਹਰੋਂ ਬੁਲਾਏ ਜਾ ਰਹੇ ਨੇ। ਤੁਸੀਂ ਜਿੱਦਾਂ ਦੇਖ ਸਕਦੇ ਹੋ 3 ਪੁਤਲਿਆਂ ਦੀ ਜੋ ਤਿਆਰੀਆਂ ਨੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ, ਜਿਸ ਦੇ ਵਿੱਚ ਕਾਰੀਗਰ ਬਾਹਰੋਂ ਵਿਸ਼ੇਸ਼ ਤੌਰ 'ਤੇ ਬੁਲਾਏ ਜਾਂਦੇ ਨੇ, ਜਿਨ੍ਹਾਂ ਨੂੰ ਕਿ ਲੰਮੇ ਸਮੇਂ ਦਾ ਤਜਰਬਾ ਹੈ। ਸੋ ਜੋ ਤਿਆਰੀਆਂ ਨੇ ਮੁਕੰਮਲ ਲਗਭਗ ਹੋ ਚੁੱਕੀਆਂ ਨੇ। ਸਾਡੀ ਟੀਮ ਹੈ ਜੋ ਦੁਸ਼ਹਿਰਾ ਉਤਸਵ ਕਮੇਟੀ ਦੀ ਲਗਾਤਾਰ ਇਸ 'ਤੇ ਕੰਮ ਕਰ ਰਹੀ ਹੈ। ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਆਪਣੇ ਆਪਣੇ ਪਰਿਵਾਰ, ਗੁਆਂਢੀਆਂ ਦੇ ਨਾਲ, ਬੱਚਿਆਂ ਦੇ ਨਾਲ, ਬਜ਼ੁਰਗਾਂ, ਮਾਤਾਵਾਂ, ਭੈਣਾਂ ਨੂੰ ਦੁਸ਼ਹਿਰਾ ਗਰਾਊਂਡ ਨਜ਼ਦੀਕ ਖਾਟੂ ਸ਼ਾਮ ਮੰਦਿਰ ਵਿਖੇ ਆਪਣੇ ਆਪਣੇ ਬੱਚਿਆਂ ਦੇ ਨਾਲ ਆਓ ਅਤੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਜੈ ਸ਼੍ਰੀ ਰਾਮ। ਮੈਂ ਇੱਕ ਵਿਸ਼ੇਸ਼ ਤੌਰ 'ਤੇ ਗੱਲ ਕਹਿਣਾ ਚਾਹੁੰਦਾ, ਸਾਡੇ ਦੁਸ਼ਹਿਰਾ ਗਰਾਊਂਡ 'ਚ ਜੋ ਅਸੀਂ ਦੁਸ਼ਹਿਰਾ ਉਤਸਵ ਕਮੇਟੀ ਵੱਲੋਂ ਦੁਸ਼ਹਿਰਾ ਮਨਾਇਆ ਜਾਂਦਾ ਹੈ ਬਹੁਤ ਹੀ ਮਰਿਆਦਾ ਦੇ ਨਾਲ ਮਨਾਇਆ ਜਾਂਦਾ ਹੈ, ਜਿਸ ਦੇ ਵਿੱਚ ਬੱਚਿਆਂ ਅਤੇ ਲੇਡੀਜ਼ ਦੇ ਲਈ ਬੈਠਣ ਦਾ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਗਿਆ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਅਤੇ ਬਜ਼ੁਰਗਾਂ ਦੇ ਲਈ ਅਲੱਗ ਤੋਂ ਬੈਠਣ ਦਾ ਇੰਤਜ਼ਾਮ ਕੀਤਾ ਗਿਆ। ਹਰ ਚੀਜ਼ ਦਾ ਵਿਸ਼ੇਸ਼ ਤੌਰ 'ਤੇ ਧਿਆਨ ਜੋ ਹੈ ਪੁਖਤਾ ਪ੍ਰਬੰਧ ਕੀਤੇ ਗਏ ਨੇ। ਜੋ ਲੋਕਲ ਪੁਲਿਸ ਪ੍ਰਸ਼ਾਸਨ ਹੈ ਉਹ ਸਾਡਾ ਸਹਿਯੋਗ ਦੇ ਰਹੀ ਹੈ, ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹਾਂਗੇ। ਖਾਸ ਕਰਕੇ MLA ਸਾਹਿਬ ਦਾ ਧੰਨਵਾਦ ਕਰਨਾ ਚਾਹਾਂਗੇ, ਕੁਲਵੰਤ ਸਿੰਘ ਜੀ ਬਾਜੀਗਰ ਸਾਹਿਬ, ਜੋ ਕਿ ਵਿਸ਼ੇਸ਼ ਤੌਰ 'ਤੇ ਸਾਨੂੰ ਆਸ਼ੀਰਵਾਦ ਦੇਣ ਲਈ ਪਹੁੰਚ ਰਹੇ ਨੇ। ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੋ ਇਸ ਪਵਿੱਤਰ ਦਿਹਾੜੇ ਨੂੰ ਮੁਕੰਮਲ ਕਰਨ 'ਚ, ਤਿਆਰੀਆਂ ਕਰਨ ਦੇ ਵਿੱਚ ਸਹਿਯੋਗ ਸਾਨੂੰ ਵੱਧ ਚੜ੍ਹ ਕੇ ਹਰ ਸਾਲ ਦਿੰਦੇ ਨੇ। ਸਾਰੇ ਹੀ ਦਾਨੀ ਵੀਰਾਂ ਦਾ, ਸਾਰੇ ਹੀ ਮੇਰੇ ਭਰਾਵਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ।